ਇੱਥੋਂ ਤੱਕ ਵੀ ਨੌਬਤ ਆ ਜਾਂਦੀ ਆ ਵੀ ਕਦੀ ਕਦੀ ਵੈਕਸੀਨ ਵੀ ਖਤਮ ਹੋ ਜਾਂਦੀ ਆ, ਹਸਪਤਾਲਾਂ ਦੇ ਵਿੱਚ ਬੈੱਡ ਵੀ ਖਤਮ ਹੋ ਜਾਂਦੇ ਆ, ਇੱਥੋਂ ਤੱਕ ਕਿ ਆਕਸੀਜਨ ਵੀ ਖਤਮ ਹੋ ਜਾਂਦੀ ਆ। ਪਰ ਕੈਪਟਨ ਦੀ ਪੁਲਿਸ ਕੋਲੋਂ ਚਲਾਣ ਵਾਲੀਆਂ ਕਾਪੀਆਂ ਨਹੀਂ ਮੁੱਕਦੀਆਂ। ਸਹੀ ਗੱਲ ਹੈ ਹਰਜੀਤ, ਪਹਿਲਾਂ ਕਹਿੰਦੇ ਹੁੰਦੇ ਸੀ ਮਾਸਕ ਲਾਓ ਮੂੰਹ ਤੇ, ਹੁਣ ਕਹਿਣ ਲੱਗ ਪਏ ਆ ਦੋ ਮਾਸਕ ਲਾਓ ਮੂੰਹ ਤੇ। ਮੁੜ ਕੇ ਇਹ ਨਾ ਕਹਿਣ ਕਿ ਮੂੰਹ ਤੇ ਰਜਾਈ ਬੰਨ ਕੇ ਆਓ। ਹੋ ਵੀ ਸਕਦਾ, ਕੋਈ ਪਤਾ ਨਹੀਂ। ਹੈਲੋ ਹਰਜੀਤ, ਹਾਂਜੀ, ਉਹ ਮੈਂ ਕੰਮ ਤੇ ਜਾਣ ਡਿਆ ਹਾਂ ਤੇ ਜਾਂਦੇ ਜਾਂਦੇ ਮੋਟਰਸਾਈਕਲ ਡਿੱਗ ਪਿਆ ਜੀ, ਮੇਰੀ ਬਾਂਹ ਤੇ ਰਗੜ ਲੱਗ ਗਈ ਓ, ਮੈਂ ਹਸਪਤਾਲ ਚੱਲਿਆ ਮਾੜੀ ਜਿਹੀ ਪੱਟੀ ਕਰਾਉਣ। ਉਹ ਟਿਫਨ ਧਿਆਨ ਨਾ ਰੱਖਿਓ ਸਿੱਧਾ ਕਰਕੇ, ਟੇਢਾ ਨਾ ਕਰ ਲਿਓ, ਦਾਲ ਡੁੱਲ ਜਾਣੀ ਜੇ ਸਾਰੀ। ਹਰਜੀਤ, ਰਾਤੀ ਮੈਂ ਵਿਹੜੇ ਚ ਸੁੱਤਾ ਹੈ ਨਾ ਜੀ ਮੰਜੀ ਡਾ ਕੇ, ਤੇ ਮੈਨੂੰ ਮੱਛਰ ਲੜੇ, ਬੜਾ ਮੱਛਰ ਲੜੇ, ਮੈਂ ਮੰਜੀ ਦੇ ਥੱਲੇ ਵੜ ਗਿਆ ਤੇ ਮੱਛਰ ਪਾਗਲ ਜਿਹਾ ਮੈਨੂੰ ਉੱਤੇ ਲੱਭਦਾ ਰਿਹਾ ਮੰਜੀ ਦੇ। ਕੱਲ ਰਾਤੀ ਅਚਾਨਕ ਥੋੜੇ ਟਾਈਮ ਵਾਸਤੇ ਨਾ ਸਾਡੀ ਲਾਈਟ ਬੰਦ ਹੋ ਗਈ, ਮੈਂ ਮੋਮਬੱਤੀ ਜਗਾਤੀ, ਥੋੜੇ ਟਾਈਮ ਬਾਅਦ ਬੱਤੀ ਫੇਰ ਆ ਗਈ। ਮੈਂ ਮੋਮਬੱਤੀ ਨੂੰ ਬਹੁਤ ਜ਼ਿਆਦਾ ਫੂਕਾਂ ਮਾਰੀਆਂ, ਬਹੁਤ ਜ਼ਿਆਦਾ ਫੂਕਾਂ ਮਾਰੀਆਂ, ਮੋਮਬੱਤੀ ਬੁੱਝੇ ਨਾ, ਮੇਰੇ ਦਿਲ 'ਚ ਡਰ ਬਹਿ ਗਿਆ ਵੀ ਕਿਤੇ ਮੈਨੂੰ ਆਕਸੀਜਨ ਦੀ ਘਾਟ ਨਹੀਂ ਹੋ ਗਈ। ਇਹੋ ਜਿਹੇ ਭੈੜੇ ਭੈੜੇ ਮਨ 'ਚ ਵਿਚਾਰ ਆਉਣ, ਮੈਂ ਪਸੀਨੇ ਦਾ ਤਰਬ ਤਰ ਹੋ ਗਿਆ। ਇੰਨੇ ਚਿਰ ਨੂੰ ਘਰ ਵਾਲੀ ਲਾਗੇ ਆਈ, ਮੈਨੂੰ ਆਦੇ ਮੂੰਹ ਤੋਂ ਮਾਸਕ ਲਾ ਕੇ ਫੂਕਾ ਮਾਰ ਲਾ ਹਾਂ। ਹਰਜੀਤ, ਤਿਆਰ ਹੋਣ ਚ ਕਿੰਨਾ ਟਾਈਮ ਲਾਉਂਦੀ ਆ ਤੂੰ, ਮੈਂ ਵੇਖ ਲਿਆ 2 ਮਿੰਟ ਚ ਤਿਆਰ ਹੋ ਕੇ ਆ ਗਿਆ ਆ। ਅੱਛਾ, ਮੈਗੀ ਤੇ ਸ਼ਾਹੀ ਪਨੀਰ ਚ ਇਹੀ ਤੇ ਫਰਕ ਹੁੰਦਾ ਆ। ਮੈਂ ਆਂਦੇ ਦੁੱਖ ਸਾਡੇ ਨਾਲ ਨਾਲ ਰਹਿੰਦਾ ਆ ਤੇ ਖੁਸ਼ੀ ਕਦੀ ਕਦੀ ਆਉਂਦੀ ਆ। ਆਹੋ, ਇਹ ਇਦਾਂ ਸਮਝਾਇਆ ਜਾ ਸਕਦਾ ਤੈਨੂੰ ਵੀ ਜਿੱਦਾਂ ਮੰਨ ਲੈ ਤੂੰ ਮੇਰੇ ਨਾਲ ਨਾਲ ਰਹਿਨੀ ਆ ਤੇ ਮੇਰੀ ਸਾਲੀ ਨੇ ਕਦੀ ਕਦੀ ਆਉਣਾ ਹੁੰਦਾ, ਆਦਮੀ ਛਿੱਤਰ ਖਾਣ ਵਾਲੇ ਕੰਮ ਕਰਨ ਡਿਆ। ਮਤਲਬ ਉਦਾਹਰਣ ਮੰਗੀ ਮੰਗੀ ਤੈਨੂੰ ਰੋਟੀਆਂ ਦਊ ਤੈਨੂੰ, ਅੱਜ ਮੈਂ ਦਊ ਤੈਨੂੰ ਪਰੌਂਠੇ ਅੱਜ ਤੈਨੂੰ ਮੈਂ।